ਕੁਝ ਅਣਪਛਾਤਿਆਂ ਨੇ ਇਲਾਕੇ ਦੇ ਵਿੱਚ ਦਹਿਸ਼ਤ ਮਚਾਉਣ ਦੀ ਕੋਸ਼ਿਸ਼ ਕੀਤੀ ਹੈ। ਦਰਅਸਲ ਇਹਨਾਂ ਅਣਪਛਾਤਿਆਂ ਨੇ ਇਲਾਕੇ ਦੇ ਵਿੱਚ ਪੋਸਟਰ ਸੁੱਟੇ ਨੇ। ਪੋਸਟਰਾਂ ਤੇ ਲਿਖਿਆ ਹੋਇਆ ਸੀ ਪਾਕਿਸਤਾਨ ਜ਼ਿੰਦਾਬਾਦ ਦੇ ਨਾਰੇ। ਇਸ ਤੋਂ ਇਲਾਵਾ ਇੱਕ ਸਰਕਾਰੀ ਦਫ਼ਤਰ ਨੂੰ ਵੀ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਹ ਅਣਪਛਾਤੇ ਨੌਜਵਾਨ ਇਲਾਕੇ ਦੇ ਵਿੱਚ ਖੜੀ ਇੱਕ ਗੱਡੀ ਦੇ ਸ਼ੀਸ਼ੇ ਵੀ ਭੰਨ ਗਏ, ਜਿਸ ਕਾਰਨ ਲੋਕਾਂ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ। ਇਹ ਮਾਮਲਾ ਪਠਾਨਕੋਟ ਤੋਂ ਸਾਹਮਣੇ ਆਇਆ ਕਿਉਂਕਿ ਅਕਸਰ ਹੀ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਸ਼ੱਕੀਆਂ ਨੂੰ ਦੇਖੇ ਜਾਣ ਨੂੰ ਲੈ ਕੇ ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ। ਉੱਥੇ ਕੁਝ ਸ਼ਰਾਰਤੀ ਲੋਕ ਇਸ ਦਾ ਨਜਾਇਜ਼ ਫਾਇਦਾ ਵੀ ਚੁੱਕ ਰਹੇ ਨੇ ਅਤੇ ਜ਼ਿਆਦਾ ਦਹਿਸ਼ਤ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਅਜਿਹਾ ਹੀ ਮਾਮਲਾ ਹੁਣ ਪਠਾਨਕੋਟ ਦੀ ਢਾਕੀ ਰੋਡ ਤੇ ਦੇਖਣ ਨੂੰ ਮਿਲਿਆ, ਜਿੱਥੇ ਕੁਝ ਅਣਪਛਾਤੇ ਲੋਕਾਂ ਦੁਆਰਾ ਪਾਕਿਸਤਾਨ ਜ਼ਿੰਦਾਬਾਦ ਦੇ ਪੋਸਟਰ ਸੁੱਟੇ ਗਏ, ਜਿਸ ਤੇ ਸਰਕਾਰੀ ਦਫ਼ਤਰ ਨੂੰ ਉਡਾਉਣ ਦੇ ਇਲਾਵਾ ਕਈ ਥਾਵਾਂ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਲਿਖੀ ਹੋਈ ਸੀ। ਉੱਥੇ ਇੱਕ ਕਾਰ ਦੇ ਸ਼ੀਸ਼ੇ ਵੀ ਤੋੜ ਗਏ। ਉੱਥੇ ਸਥਾਨਕ ਲੋਕਾਂ ਨੂੰ ਤੜਕੇ ਉਸ ਸਮੇਂ ਪਤਾ ਲੱਗਿਆ ਜਦੋਂ ਕਰੀਬ 4 ਲੋਕ ਜਿਨ੍ਹਾਂ ਨੇ ਕਾਰ ਦੇ ਸ਼ੀਸ਼ੇ ਤੋੜੇ ਅਤੇ ਮੌਕੇ ਤੋਂ ਫਰਾਰ ਹੋ ਗਏ, ਅਤੇ ਇਸ ਸਮੇਂ ਇੱਕ ਸ਼ਖਸ ਨੂੰ ਲੋਕਾਂ ਨੇ ਵੇਖ ਲਿਆ, ਜਿਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ ਤੇ ਪੁਲਿਸ ਮੌਕੇ ਤੇ ਪਹੁੰਚੀ ਤੇ ਜਾਂਚ ਦੇ ਵਿੱਚ ਜੁਟ ਗਈ ਹੈ। ਉੱਥੇ ਪੁਲਿਸ ਦਾ ਕਹਿਣਾ ਹੈ ਕਿ ਜੋ ਵੀ ਹੋਵੇਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ, ਅਤੇ ਇਸ ਤੋਂ ਇਲਾਵਾ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ, ਪੁਲਿਸ ਆਪਣਾ ਕੰਮ ਸਹੀ ਤਰੀਕੇ ਨਾਲ ਕਰ ਰਹੀ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੈ। ਹਾਂਜੀ ਸਰ, ਸਭ ਤੋਂ ਪਹਿਲਾਂ ਤਾਂ ਮੈਨੂੰ ਜਾਣਕਾਰੀ ਮਿਲੀ ਸੀ ਅਰਲੀ ਮਾਰਨਿੰਗ ਕਿ ਇੱਥੇ ਕੋਈ ਸੰਦਿਗਧ ਦਿਖੇ ਗਏ ਹੈ, ਲਗਭਗ 3-4 ਲੋਕ, ਔਰ ਮੈਂ ਤਾਂ ਪ੍ਰਸ਼ਾਸਨ ਅੱਗੇ ਮੰਗ ਕਰਨਾ ਕਿ ਵੈਸੇ ਵੀ ਸਾਡਾ ਜੋ ਪੰਜਾਬ ਹੈ ਇਸ ਟਾਈਮ ਦਹਿਸ਼ਤ ਦੇ ਸਾਇਜ਼ ਦੇ ਵਿੱਚ ਜੀ ਰਿਹਾ, ਔਰ ਐਸੀ ਘਟਨਾਵਾਂ ਨਹੀਂ ਹੋਣੀ ਚਾਹੀਦੀਆਂ। ਪੁਲਿਸ ਆਪਣਾ ਕੰਮ ਕਰ ਰਹੀ ਹੈ, ਪਰ ਮੈਂ ਪ੍ਰਸ਼ਾਸਨ ਅੱਗੇ ਮੰਗ ਕਰਨਾ SSP ਸਾਹਿਬ ਅੱਗੇ, DC ਸਾਹਿਬ ਅੱਗੇ, ਔਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅੱਗੇ ਕਿ ਇਸ ਜਿਹੜੀ ਹੈ ਸਥਿਤੀ, ਭਿਆਨਕ ਸਥਿਤੀ ਜਿਹੜੀ ਪੈਦਾ ਹੋ ਰਹੀ ਹੈ ਸਾਡੇ ਪੰਜਾਬ ਦੇ ਵਿੱਚ, ਇਹਨੂੰ ਜਲਦ ਤੋਂ ਜਲਦ ਦੂਰ ਕੀਤਾ ਜਾਏ। ਇੱਥੇ ਕੀ ਘਟਨਾ ਹੋਈ ਹੈ? ਇੱਥੇ ਜੀ ਇੱਕ ਕਾਰ ਸੀ, ਉਹਦਾ ਸ਼ੀਸ਼ਾ ਤੋੜਾ ਗਿਆ, ਔਰ ਇਹ ਵੀ ਜਾਣਕਾਰੀ ਕੋਈ ਮਿਲੀ ਹੈ ਕਿ ਪਾਕਿਸਤਾਨ ਨੂੰ ਲੈ ਕੇ ਕੁਝ ਪੋਸਟਰ ਇੱਥੇ ਸੁੱਟੇ ਗਏ ਸੀ। ਇਹ ਸਿਰਫ ਇੱਕ ਦਹਿਸ਼ਤ ਦਾ ਮਾਹੌਲ ਕਾਇਮ ਕਰਨ ਦੀ ਉਹਨਾਂ ਦੀ ਚਾਲ ਹੈਗੀ ਹੈ, ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਡਾ ਪੰਜਾਬ, ਸਾਡਾ ਦੇਸ਼ ਇਕੱਠਾ ਹੈ, ਔਰ ਦਹਿਸ਼ਤਗਰਦੀ ਜਿਹੜੀ ਪਾਉਣ ਦੀ ਕੋਸ਼ਿਸ਼ ਕਰ ਰਹੇ ਆ ਉਹਨਾਂ ਦੇ ਮਨਸੂਬੇ ਕਾਮਯਾਬ ਨਹੀਂ ਹੋਏਗੇ। ਕਿਆ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ ਹੈ? ਹਾਂਜੀ, ਇਹ ਵੀ ਪਤਾ ਲੱਗਿਆ ਕਿ ਅਰਲੀ ਮਾਰਨਿੰਗ ਪੁਲਿਸ ਆਈ ਹੈ, ਔਰ ਉਹ ਜਾਂਚ ਕਰ ਰਹੀ ਹੈ, ਔਰ ਸਾਰੇ ਪਹਿਲੂਆਂ ਨੂੰ ਦੇਖ ਕੇ ਉਹ ਆਪਣਾ ਕੰਮ ਕਰ ਰਹੀ ਹੈ। ਗੱਲਬਾਤ ਇਹ ਹੈ ਵੀ ਸਵੇਰੇ 4 ਵਜੇ ਟਾਈਮ ਸੀ, ਉਹਨਾਂ ਗੱਡੀ ਦੇ ਸ਼ੀਸ਼ਾ ਪੱਥਰ ਮਾਰਨ ਦੀ ਕੋਸ਼ਿਸ਼ ਕੀਤੀ ਹੈ, ਜਿਸ ਵੇਲੇ ਜਿਹਦੇ ਤੋੜਿਆ ਜਿਹਦੇ ਜਦੋਂ ਆਵਾਜ਼ ਆਈ ਹੈ, ਗੁਆਂਢੀ ਮੁੜਾ ਉਹਨੂੰ ਮੌਕੇ 'ਤੇ ਆਣ ਕੇ ਦੇਖਿਆ, ਉੱਪਰੋਂ ਕੋਠੇ ਤੋਂ ਟਾਰਚ ਮਾਰੀ ਹੈ ਮੋਬਾਈਲ ਦੀ, ਉਹ ਬੰਦੇ ਭੱਜ ਗਏ ਹੈ ਇੱਧਰ ਨੂੰ ਝਾੜੀਆਂ ਵਾਲੇ ਪਾਸੇ ਨੂੰ। 4 ਬੰਦੇ ਹੀ ਚੰਗੇ ਉੱਚੇ ਲੰਮੇ ਜਵਾਨ ਸੀ, ਬੱਤੀਆਂ ਬੰਦ ਸੀ, 4-5 ਕਾਗਜ਼ ਪਰਚੀਆਂ ਸੁੱਟਣੀਆਂ 5, ਉਹਦੇ 'ਤੇ ਪਾਕਿਸਤਾਨ ਜ਼ਿੰਦਾਬਾਦ ਲਿਖਿਆ ਹੈ। ਤੇ ਕਿਆ ਇੱਧਰ ਕੋਈ ਰੇਲਵੇ ਸਟੇਸ਼ਨ ਵੀ ਪੈਂਦਾ ਜਿੱਧਰ ਉਹ ਭੱਜੇ? ਚੱਕੀਵਾਂ ਕੈਂਟ ਪੈਂਦਾ। ਕੀ ਕੁਛ ਪੜਿਆ ਤੁਸੀਂ? ਕੀ ਲਿਖਿਆ ਸੀਗਾ ਉਹ 'ਤੇ? ਲਿਖਿਆ ਪਾਕਿਸਤਾਨ ਜ਼ਿੰਦਾਬਾਦ, ਅਸੀਂ ਉਹ ਲਿਖੋ 4 ਦੇ ਕਾਇਲ ਤੇ ਕਾਇਲ ਦਿਖਾ ਮੈਨੂੰ। ਜਿਹੜੇ ਕੀ ਪਾਕਿਸਤਾਨ ਜ਼ਿੰਦਾਬਾਦ ਨਾਲ ਕੀ ਹੈਗਾ ਸਾਰਾ ਮਾਮਲਾ ਜੀ? ਆਪਣੇ ਕੋਲ ਅਰਲੀ ਮਾਰਨਿੰਗ ਇਨਫੋਰਮੇਸ਼ਨ ਆਈ ਸੀ 4:30-5 ਨੂੰ ਕਿ ਢਾਕੀ ਦੇ ਏਰੀਏ 'ਚ ਇੱਕ ਇਨੋਵਾ ਕਾਰ ਹੈ ਅਤੇ ਉਹਦੇ ਸ਼ੀਸ਼ੇ ਕੁਛ ਤੋੜੇ ਗਏ ਹੈ, ਅਤੇ ਉਹਦੇ ਬਾਅਦ ਕੁਛ ਉੱਥੇ ਸ਼ੱਕੀ ਜਿਹੜਾ ਲਿਟਰੇਚਰ ਪਿਆ ਮਿਲਿਆ, ਜਿਹਦੇ ਬਾਅਦ ਆਪਾਂ ਮੌਕੇ 'ਤੇ ਉੱਥੇ ਗਏ ਸੀ, ਸਾਰਾ ਚੀਜ਼ਾਂ ਨੂੰ ਵੇਰੀਫਾਈ ਕੀਤਾ,
ਉੱਥੇ ਜਿਹੜੀਆਂ ਉਹ ਸ਼ੱਕੀ ਲਿਟਰੇਚਰ ਸਲਿਪਸ ਵਗੈਰਾ ਕੁਛ ਪਈਆਂ ਹੋਈਆਂ ਸੀ, ਉਹ ਪੜ੍ਹੀਆਂ ਆਪਾਂ, ਅਤੇ ਬਾਕੀ ਪੂਰੇ ਹਾਲਾਤ ਦਾ ਵੀ ਜਾਇਜ਼ਾ ਲਿਆ। ਇਹਦੇ 'ਚ ਮੈਂ ਕਹਿ ਦੇਣਾ ਚਾਹੁੰਦਾ ਕਿ ਵੀ ਸਭ ਤੋਂ ਪਹਿਲੇ ਤਾਂ ਕਿਸੇ ਨੂੰ ਕੋਈ ਪੈਨਿਕ ਕਰਨ ਦੀ ਕੋਈ ਲੋੜ ਨਹੀਂ, ਕਿਉਂਕਿ ਇਹ ਮਾਮਲਾ ਸ਼ਰਾਰਤ ਦਾ ਲੱਗਦਾ, ਕਿਸੇ ਨੇ ਜਾਣ ਬੁੱਝ ਕੇ ਸ਼ਰਾਰਤ ਕੀਤੀ ਹੈ, ਇਹਨੂੰ ਆਪਾਂ ਵੇਰੀਫਾਈ ਕਰ ਰਹੇ। ਇਹਦੇ ਵਿੱਚ ਇਸ ਤੋਂ ਇਲਾਵਾ ਕੋਈ ਹੋਰ ਜਿਹੜੀ ਕੋਈ ਸ਼ੱਕੀ ਗੱਲ ਹਾਲੇ ਸਾਹਮਣੇ ਨਹੀਂ ਆਈ ਹੈ, ਅਤੇ ਇਸ ਲਈ ਮੈਂ ਲੋਕਾਂ ਨੂੰ ਇਹ ਰਿਕੁਐਸਟ ਕਰੂੰਗਾ ਕਿ ਬਿਲਕੁਲ ਪੈਨਿਕ ਨਾ ਕਰਨ, ਪੁਲਿਸ ਨੂੰ ਚੈੱਕ ਕਰ ਰਹੀ ਹੈ ਅਤੇ ਕਿਸੇ ਵੱਲੋਂ ਕੀਤੀ ਗਈ ਸ਼ਰਾਰਤ ਜਾਪਦੀ ਹੈ। ਮੇ ਬੀ ਉੱਥੇ ਜਿਹੜੀ ਗੱਡੀ ਲੱਗ ਰਹੀ ਹੈ ਇਨੋਵਾ ਜਿਹੜੀ ਪਿਛਲੇ 2-3 ਮਹੀਨੇ ਤੋਂ ਲਗਾਤਾਰ ਉੱਥੇ ਲੱਗ ਰਹੀ ਹੈ, ਉਹਨੂੰ ਲੈ ਕੇ ਕੋਈ ਹੋਰ ਗੱਲ ਨਾ ਹੋਵੇ, ਹੈ ਨਾ। ਅਤੇ ਆਪਾਂ ਸਾਰੀਆਂ ਗੱਲਾਂ ਜਿਹੜੀਆਂ ਚੈੱਕ ਕਰ ਰਹੇ ਹਾਂ, ਬਾਕੀ ਇਹਦੇ 'ਚ ਪੈਨਿਕ ਕਰਨ ਦੀ ਬਿਲਕੁਲ ਵੀ ਕੋਈ ਲੋੜ ਨਹੀਂ, ਅਤੇ ਜਿਹੜੀ ਹੈ ਕਿਸੇ ਵੱਲੋਂ ਕੀਤੀ ਗਈ ਸ਼ਰਾਰਤ ਹੈ, ਜਿਹਨੂੰ ਆਪਾਂ ਜਲਦੀ ਸੱਚ ਦਾ ਜਾਣ ਲਵਾਂਗੇ।